9 ਦੀ ਮੀਟਿੰਗ ਚ ਕੀ ਗੱਲ ਹੈ 9 ਦੀ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਦੱਸੋ ਕੀ ਮੀਟਿੰਗ ਕਰਨੀ ਹੈ 9 ਨੂੰ ਜੋ ਗੱਲਾਂ ਅੱਜ ਕਰ ਰਹੇ ਹੋ ਜੋ 3 ਮੀਟਿੰਗਾਂ ਪਹਿਲਾਂ ਕਰ ਰਹੇ ਹੋ ਤੁਸੀਂ ਉਹੀ ਗੱਲਾਂ ਜੇ ਕਰਨੀਆਂ ਤਾਂ ਅਸੀਂ ਨਹੀਂ ਆਉਣਾ ਸਾਨੂੰ ਇਹ ਦੱਸਿਆ ਜਾਵੇ ਕਿ 9 ਨੂੰ ਮੀਟਿੰਗ ਕਰਨੀ ਕੀ ਹੈ ਜਾਂ ਤਾਂ ਵਾਪਸ ਲਓ ਜਾਂ ਫਿਰ ਅਸੀਂ ਇੱਥੇ ਬੈਠੇ ਹਾਂ ਕੈਟਾਗੋਰੀਕਲੀ ਕਿਹਾ ਗਿਆ ਕਿ ਸਾਨੂੰ ਭਾਵੇਂ ਗੋਲੀਆਂ ਮਾਰ ਦਿਓ ਅਸੀਂ ਨਹੀਂ ਉੱਠਣਾ ਇਹ ਗੱਲ ਅੰਦਰ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਕਹੀ ਮੌਨ ਰੱਖਿਆ ਤਾਂ ਹੁਣ ਦਰਸ਼ਕ ਸਮਝਣ ਇਸ ਗੱਲ ਨੂੰ ਦਰਸ਼ਕ ਇਸ ਗੱਲ ਨੂੰ ਇਸ ਕਰਕੇ ਸਮਝਣ ਕਿ ਜਦੋਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ 9 ਦੀ ਮੀਟਿੰਗ ਕੀ ਕਰਨੀ ਹੈ ਤਾਂ ਸਰਕਾਰ ਨੇ ਕਿਹਾ ਕਿ ਅਸੀਂ ਤੁਹਾਨੂੰ ਜਿਹੜਾ ਇਹਦਾ ਖਰੜਾ ਤਿਆਰ ਕਰਕੇ ਦੇ ਦੇਵਾਂਗੇ 7 ਤਰੀਕ ਸ਼ਾਮ ਨੂੰ ਜਾਂ 8 ਤਰੀਕ ਸਵੇਰ ਨੂੰ ਕਿ ਅਸੀਂ ਤੁਹਾਡੇ ਨਾਲ 9 ਨੂੰ ਕੀ ਗੱਲਬਾਤ ਕਰਾਂਗੇ ਤਾਂ ਹੁਣ ਗੱਲ ਨੂੰ ਬਹੁਤ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਕਿ ਜਥੇਬੰਦੀਆਂ ਆਪਦੀ ਗੱਲ ਤੇ ਅੜੀਆਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਾਂ ਤਾਂ ਵਾਪਸ ਲਓ ਜਾਂ ਦੂਜੀ ਕੋਈ ਗੱਲ ਨਹੀਂ ਅਮੈਂਡਮੈਂਟ ਦੀ ਕੋਈ ਗੱਲ ਨਹੀਂ ਜਾਂ ਵਾਪਸ ਲਓ ਜਾਂ ਦੂਜੀ ਕੋਈ